ਬਹੁਤ ਬਹੁਤ ਸਵਾਗਤ ਹੈ ਸਟੂਡੈਂਟ ਸਾਰਿਆਂ ਦਾ। ਸੋ ਯੂਐਸਏ ਸਟੱਡੀ ਵੀਜ਼ਾ ਬਹੁਤ ਸਸਤਾ ਤੇ ਸੇਫ, ਕਿਉਂ ਕਿਹਾ ਜਾਂਦਾ ਕਿ ਸਸਤਾ ਵੀ ਹੈ ਤੇ ਸੇਫ ਵੀ ਹੈ? ਅੱਜ ਅਸੀਂ ਕੰਪੈਰੀਜ਼ਨ ਕਰਾਂਗੇ ਯੂਐਸਏ ਸਟੱਡੀ ਵੀਜ਼ਾ ਦਾ ਬਾਕੀ ਕੰਟਰੀਜ਼ ਨਾਲ ਤੇ ਦੇਖਾਂਗੇ ਸੇਫ ਕਿੰਨਾ ਹੈ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ। ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਸਨੇਹਾ ਜੀ, ਤੁਸੀਂ ਕਿੰਨਾ ਕੁ ਸਹਿਮਤ ਹੋ ਕਿ ਯੂਐਸਏ ਦਾ ਸਟੱਡੀ ਵੀਜ਼ਾ ਬਹੁਤ ਜ਼ਿਆਦਾ ਸੇਫ ਹੈ ਤੇ ਸਸਤਾ ਹੈ? ਬਿਲਕੁਲ ਸਰ, ਮੈਂ 100% ਇਸ ਚੀਜ਼ ਨੂੰ ਸਹਿਮਤ ਕਰਦੀ ਹਾਂ, ਕਿਉਂਕਿ ਉਹਦਾ ਰੀਜ਼ਨ ਆ। ਰੀਜ਼ਨ ਕੀ ਹੈ ਕਿ ਅਗਰ ਅਸੀਂ ਉਸ ਕੰਟਰੀ ਨੂੰ ਅਨਦਰ ਕੰਟਰੀਜ਼, ਯੂਕੇ ਜਾਂ ਕੈਨੇਡਾ ਦੇ ਨਾਲ ਕੰਪੇਅਰ ਕਰੀਏ, ਤਾਂ ਯੂਐਸਏ ਦੇ ਵਿੱਚ ਕੀ ਬੈਨੀਫਿਟ? ਸਭ ਤੋਂ ਪਹਿਲੇ ਹੈਗਾ ਕਿ ਤੁਹਾਡੀ ਜਿਹੜੀ ਫੀਸ ਹੈਗੀ ਉਹ ਆਫਟਰ ਵੀਜ਼ਾ ਜਾਂਦੀ ਹੈ। ਸੋ ਤੁਹਾਨੂੰ ਕੋਈ ਵੀ ਫੀਸ ਪਹਿਲੇ ਨਹੀਂ ਪੇ ਕਰਨੀ ਪੈਂਦੀ, ਕਿਉਂਕਿ ਅਗਰ ਆਪਾਂ ਚਾਹੇ ਯੂਕੇ 'ਚ ਕਰੀਏ ਜਾਂ ਕੈਨੇਡਾ ਦੇ ਵਿੱਚ ਕਰੀਏ, ਵੀਜ਼ਾ ਨਹੀਂ ਆਉਂਦਾ ਤਾਂ ਉਹ ਤੁਹਾਡੀ ਡਿਡਕਸ਼ਨ ਹੋ ਕੇ ਆਉਂਦੀ ਆ। ਸੋ ਉਹ ਤੁਹਾਨੂੰ ਬਿਲਕੁਲ ਉੱਥੇ ਕੋਈ ਟੈਨਸ਼ਨ ਨਹੀਂ ਹੈ, ਜਦ ਫੀਸ ਗਈ ਨਹੀਂ ਤਾਂ ਲੋਸ ਕੀ ਹੋਣਾ ਵਾ। ਔਰ ਉਸ ਤੋਂ ਇਲਾਵਾ 6 ਮੰਥ ਦੀ ਫੀਸ, ਕਿਉਂਕਿ ਬਾਕੀ ਅਗਰ ਆਪਾਂ ਕੰਪੇਅਰ ਕਰੀਏ ਦੂਜੀਆਂ ਕੰਟਰੀਜ਼ ਲਈ, ਤਾਂ ਉੱਥੇ ਜਿਹੜੀ ਫੀਸ ਜਾਂਦੀ ਆ ਉਹ ਪੂਰੇ ਸਾਲ ਦੀ ਫੀਸ ਜਾਂਦੀ ਆ। ਯੂਕੇ ਦੇ ਵਿੱਚ ਬਹੁਤ ਰੇਅਰ ਆਪਸ਼ਨ 6 ਮੰਥ ਦੀ ਮਿਲ ਜੂਗੀ, ਬਟ ਕੈਨੇਡਾ ਦਾ ਤਾਂ ਸਟੈਂਡਰਡ ਹੀ ਆਉਂਦਾ ਕਿ ਫੁੱਲ ਫੀ ਹੀ ਜਾਂਦੀ ਆ। ਬਟ ਯੂਐਸਏ ਦੇ ਵਿੱਚ 6 ਮੰਥ ਦੀ ਫੀਸ ਦੇਣੀ ਆ, ਉਹ ਵੀ ਵੀਜ਼ੇ ਤੋਂ ਬਾਅਦ, ਤਾਂ ਕੋਈ ਵੀ ਤੁਹਾਡਾ, ਮੈਂ ਕਹਿੰਦੀ ਹਾਂ ਕਿ ਖਰਚੇ ਦਾ ਬਹੁਤ ਫਰਕ ਹੈਗਾ ਵਾ। ਔਰ ਉਹ ਕਿਉਂਕਿ ਦੇਖੋ, ਨੋਰਮਲੀ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਫੁੱਲ ਫੀਸ 10-12 ਲੱਖ ਤੋਂ ਘੱਟ ਤਾਂ ਕਿਤੇ ਵੀ ਨਹੀਂ ਹੈਗੀ ਆ ਨਾ, ਜਿਹੜੀ ਮਰਜ਼ੀ ਕੰਟਰੀ ਨੂੰ ਕਰੀਏ। ਬਟ 6 ਮਹੀਨੇ ਦੀ ਇੱਥੇ ਤੁਸੀਂ 5-6 ਲੱਖ ਰੁਪਇਆ ਦੇ ਕੇ ਆਫਟਰ ਵੀਜ਼ਾ ਯੂਐਸਏ ਜਾ ਸਕਦੇ ਹੋ। ਔਰ ਫੰਡਸ ਦੀ ਗੱਲ ਕਰਦੇ ਹਾਂ, ਫੰਡਸ ਜਿਹੜੇ ਹੈਗੇ ਆ, ਤੁਹਾਨੂੰ ਵੀ ਪਤਾ ਕਿ ਕੈਨੇਡਾ ਦੇ ਵਿੱਚ ਫੁੱਲ ਤੁਹਾਨੂੰ GIC ਪੇ ਕਰਨੀ ਪੈਂਦੀ ਹੈ, ਔਰ ਹੁਣ ਬਹੁਤ ਕੋਸਟਲੀ ਹੋ ਗਿਆ, ਕਿਉਂਕਿ ਹੁਣ ਕੈਨੇਡਾ ਦਾ ਜਿਹੜਾ ਵੀਜ਼ਾ ਹੈਗਾ, ਨਾ ਕਰਦੇ ਹੋਏ ਵੀ 23-24 ਲੱਖ ਨੂੰ ਹੈਗਾ ਹੀ ਆ ਫੀਸ, ਔਰ GIC ਨੂੰ ਹੀ ਪਾ ਕੇ ਉੱਪਰੋਂ ਹੁਣ ਕੰਪੀਟੀਸ਼ਨ ਬਹੁਤ ਹੋ ਜਾਣਾ। ਉਹ ਤਾਂ ਚਲੋ ਅਨਦਰ ਸਿਨੈਰੀਓ, ਅੱਜ ਆਪਾਂ ਸਿਰਫ ਖਰਚੇ ਦੀ ਗੱਲ ਕਰ ਰਹੇ ਹਾਂ। ਔਰ ਯੂਐਸਏ ਦੇ ਵਿੱਚ ਕੀ ਆ ਕਿ ਤੁਹਾਨੂੰ ਜਿਹੜੇ ਫੰਡਸ ਦਿਖਾਉਣੇ ਪੈਂਦੇ ਉਹ 1 ਦਿਨ ਓਲਡ ਦਿਖਾਉਣੇ ਪੈਂਦੇ ਆ, ਮੀਨਸ ਨਵੇਂ ਫੰਡ, ਔਰ ਉਹ ਫੰਡਸ ਤੁਸੀਂ ਬਾਅਦ 'ਚੋਂ ਕੈਰੀ ਨਹੀਂ ਕਰਦੇ। ਵੀਜ਼ਾ ਆ ਗਿਆ, ਤੁਹਾਡੇ ਫੰਡਸ ਤੁਸੀਂ ਉਹਨੂੰ ਵਿਦਡਰਾਅ ਕਰਾ ਸਕਦੇ ਹੋ। ਔਰ ਸਭ ਤੋਂ ਮੇਨ ਇੱਕ ਹੋਰ ਚੀਜ਼ ਕੀ ਹੈ ਕਿ ਇੱਥੇ ਸਰ ਟਾਈਮ ਵੀ ਬਹੁਤ ਸੇਵ ਹੁੰਦਾ ਵਾ, ਕਿਉਂਕਿ ਜਦੋਂ ਤੁਹਾਡੀ ਫਾਈਲ ਅੰਬੈਸੀ ਤੱਕ, ਮੀਨਸ ਸਾਨੂੰ ਅਪੁਆਇੰਟਮੈਂਟ ਮਿਲ ਗਈ, ਤੁਹਾਡਾ ਔਨ ਸਪੋਟ ਡਿਸੀਜਨ ਆ। ਅਦਰਵਾਈਜ਼ ਸਾਡੀ ਫਾਈਲ ਲੱਗੀ ਹੁੰਦੀ, ਸਟੂਡੈਂਟ ਵੀਜ਼ਾ ਨਹੀਂ ਆਇਆ, ਇਨਟੇਕ ਡੈਫਰ, ਇੱਥੇ ਦੀ ਜਿੱਥੇ ਯੂਐਸਏ 'ਚ ਸਿਰਫ ਡਿਫਰੈਂਸ ਹੈ, ਇੱਥੇ ਪਹਿਲੇ ਦੀ ਹਰਾਸਮੈਂਟ ਆ, ਕਿਉਂਕਿ ਅਪੁਆਇੰਟਮੈਂਟਸ ਦਾ ਥੋੜ੍ਹਾ ਸ਼ਡਿਊਲ ਇੱਦਾਂ ਦਾ ਚੱਲਦਾ ਪਿਆ ਕਿ ਸਟੂਡੈਂਟ ਨੂੰ ਡੈਫਰ ਕਰਨਾ ਪੈਂਦਾ ਕੇਸ। ਬਟ ਜਦੋਂ ਤੁਹਾਡੀ ਅਪੁਆਇੰਟਮੈਂਟ ਮਿਲ ਗਈ, ਔਨ ਸਪੋਟ ਡਿਸੀਜਨ, ਅਗਰ ਉਹਨੇ ਵੀਜ਼ਾ ਦੇਣਾ ਤੁਹਾਡਾ ਪਾਸਪੋਰਟ ਰੱਖ ਲੈਣਾ, ਨਹੀਂ ਤਾਂ ਤੁਹਾਨੂੰ ਸੌਰੀ ਕਹਿ ਦੇਣਾ। ਸੋ ਇੰਟਰਵਿਊ ਸਭ ਤੋਂ ਇੰਪੋਰਟੈਂਟ ਪੁਆਇੰਟ ਆ, ਕਿੱਦਾਂ ਦੇ ਸਵਾਲ ਹੁੰਦੇ ਨੇ? ਸਰ ਦੇਖੋ, ਇੰਟਰਵਿਊ ਦੇਖੋ, ਸੋਚੋ ਤਾਂ ਬਹੁਤ ਹੀ ਈਜ਼ੀ ਆ, 2 ਮਿੰਟ ਦੀ ਇੰਟਰਵਿਊ ਆ, ਬਟ ਅਗਰ ਉਹ ਤੁਹਾਨੂੰ ਜ਼ਿਆਦਾ ਗੱਲਾਂ ਪੁੱਛ ਵੀ ਰਹੇ ਆ ਤਾਂ ਅੱਛੀ ਗੱਲ ਆ, ਕਿਉਂਕਿ ਤੁਹਾਡੀ ਪ੍ਰੋਫਾਈਲ ਪਹਿਲੇ ਇੱਕ DS-160 ਐਪਲੀਕੇਸ਼ਨ ਫੋਰਮ ਦੇ ਥਰੂ ਉਹਨਾਂ ਕੋਲ ਜਾ ਚੁੱਕੀ ਆ, ਉਹ ਤੁਹਾਨੂੰ ਕਿਉਂ ਬੁਲਾ ਰਹੇ, ਉਹਨਾਂ ਨੇ ਇੱਕ ਸਿਰਫ ਕ੍ਰੋਸ ਚੈੱਕ ਕਰਨਾ। ਸੋ ਇੰਟਰਵਿਊ 'ਚ ਜਿਹੜੇ ਕੁਐਸਚਨਿੰਗ ਆ, ਦੇਖੋ ਜਨਰਲ ਨੌਲੇਜ ਦੇ ਤਾਂ ਹੋਣੇ ਨਹੀਂ, ਠੀਕ ਹੈ, ਉਹ ਤੁਹਾਡੇ ਰਿਲੇਟਿਡ ਹੀ ਆ। ਤੁਹਾਡੀ ਸਭ ਤੋਂ ਮੇਨ ਚੀਜ਼ ਕੀ ਆ ਕਿ ਸਟੱਡੀ ਵੀਜ਼ਾ ਤਾਂ ਸਟੱਡੀ ਦੇ ਰਿਲੇਟਿਡ ਆ। ਸੋ ਇੰਟਰਵਿਊ ਦੇ ਜਿਹੜੇ ਕੁਐਸਚਨਿੰਗਸ ਹੁੰਦੀ ਆ, ਬੇਸਿਕਲੀ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਅਡੋਪਟ ਕੀਤੀ ਆ ਉਹ ਕਿੱਥੋਂ ਦੇਖੀ ਆ, ਉਹਦੇ ਪੈਰਲਰ ਤੁਸੀਂ ਹੋਰ ਯੂਨੀਵਰਸਿਟੀਜ਼ ਕਿਹੜੀਆਂ ਦੇਖੀਆਂ, I-20 ਅਤੇ
ਮਤਲਬ ਕਿ ਤੁਹਾਨੂੰ ਉਹਦਾ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕਿਹੜੇ ਕਿਹੜੇ ਕੋਰਸਿਸ ਹੈਗੇ ਆ, ਉਹਦੇ ਵਿੱਚ ਕਿਹੜੇ ਕਿਹੜੇ ਤੁਹਾਡੇ ਸਬਜੈਕਟਸ ਹੈਗੇ ਆ ਅੱਗੇ, ਕਿ ਉਹਦੀ ਕੀ ਵੈਲਿਊ ਆ, ਐਂਡ ਸਭ ਤੋਂ ਮੇਨ ਚੀਜ਼ ਕਿ ਤੁਸੀਂ ਉਹ ਕੋਰਸ ਕਰਕੇ ਵਾਪਸ ਆ ਕੇ ਤੁਸੀਂ ਕੀ ਫਿਊਚਰ ਪਲਾਨ ਕੀਤਾ ਨਾ, ਕਿ ਤੁਸੀਂ ਕੀ ਫਿਊਚਰ ਪਲਾਨ ਕਰਕੇ ਜਾ ਰਹੇ ਹੋ, ਔਰ ਫੰਡਸ ਦੇ ਰਿਲੇਟਿਡ ਆ, ਕਿਹਨੇ ਤੁਹਾਡੇ ਫੰਡਸ ਕੀਤੇ ਆ, ਇਹੀ ਨੋਰਮਲ ਜੀ ਕੁਐਸਚਨਿੰਗ ਆ। ਬਟ ਦੇਖੋ ਇਹਦੇ ਵਿੱਚ ਸਭ ਤੋਂ ਮੇਨ ਪਾਰਟ ਜਿਹੜਾ ਹੈਗਾ ਨਾ ਉਹ ਸਟੂਡੈਂਟ ਦਾ। ਅਸੀਂ ਤੁਹਾਨੂੰ I-20 ਰਿਸੀਵ ਕਰਾ ਸਕਦੇ ਹਾਂ, ਅਪੁਆਇੰਟਮੈਂਟ ਲੈ ਕੇ ਦੇ ਸਕਦੇ ਹਾਂ ਔਰ ਥੋੜ੍ਹੀ ਪ੍ਰਿਪਰੇਸ਼ਨ ਕਰਵਾ ਸਕਦੇ ਹਾਂ। ਜਿਹੜੀ ਤੁਸੀਂ ਫੇਸ ਕਰਨਾ ਹੈ ਉਹ ਸਟੂਡੈਂਟ ਨੇ ਕਰਨਾ। ਸੋ ਸਟੂਡੈਂਟ ਦੀ ਇੰਗਲਿਸ਼ ਬਹੁਤ ਅੱਛੀ ਹੋਣੀ ਚਾਹੀਦੀ ਹੈ ਕਿਉਂਕਿ ਇੰਗਲਿਸ਼ 'ਚ ਇੰਟਰਵਿਊ ਹੋਣੀ ਆ। ਦੂਜਾ ਤੁਹਾਡੀ ਬੋਡੀ ਲੈਂਗੁਏਜ, ਕਿਉਂਕਿ ਦੇਖੋ ਸਰ ਬੋਡੀ ਲੈਂਗੁਏਜ ਹੀ ਤੁਹਾਨੂੰ ਦੱਸਦੀ ਹੈ ਕਿ ਤੁਹਾਡੀ ਇੰਟੈਂਸ਼ਨ ਕੀ ਹੈਗੀ ਆ। ਸੋ ਬੋਡੀ ਲੈਂਗੁਏਜ ਬਹੁਤ ਅੱਛੀ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਤੁਹਾਡਾ IQ ਲੈਵਲ, ਕਿ ਤੁਹਾਡੇ ਕੋਲ ਆਫਿਸਰ ਪੁੱਛਣ ਦੀ ਕੀ ਕੋਸ਼ਿਸ਼ ਕਰ ਰਿਹਾ। ਰੱਟਿਆ ਰਟਾਇਆ ਸਿਸਟਮ ਇੱਥੇ ਨਹੀਂ ਚੱਲਣਾ। ਸੋ ਚਾਹੇ ਥੋੜ੍ਹੇ ਟਾਈਮ ਦੀ ਆ, ਉਹ ਬਹੁਤ ਸੋਹਣਾ ਜੱਜ ਕਰ ਲੈਂਦੇ ਆ ਤੁਹਾਨੂੰ, ਤਾਂ ਜਿਹਨੂੰ ਵੀਜ਼ਾ ਮਿਲ ਜਾਂਦਾ ਤਾਂ ਇੱਦਾਂ ਲੱਗਦਾ ਬਹੁਤ ਈਜ਼ੀ ਆ, ਜਿਹਨੂੰ ਨਹੀਂ ਮਿਲਦਾ ਚਾਹੇ ਉਹਦੇ 7 ਬੈਂਡ ਵੀ ਹੋਵੇ ਤਾਂ ਵੀ ਉਹ, ਕਿਉਂਕਿ ਉਹ ਆਫਿਸਰ ਨੂੰ ਸੈਟਿਸਫਾਈਡ ਨਹੀਂ ਕਰਦਾ। ਸੋ ਕੋਈ ਟ੍ਰੈਂਡ ਵੀ ਹੁੰਦਾ ਪ੍ਰੈਜ਼ੈਂਟ, ਕਿੱਦਾਂ ਦਾ ਟ੍ਰੈਂਡ? ਸਰ ਦੇਖੋ ਬੇਸਿਕਲੀ ਮੈਂ ਸ਼ੁਰੂ ਤੋਂ ਕਹੂੰਗੀ ਕਿ USA ਦਾ ਵੀਜ਼ੇ ਦੀ ਨਾ ਸਕਸੈਸ ਰੇਟ ਬਹੁਤ ਹਾਈ ਨਹੀਂ ਹੁੰਦਾ। ਉਹਦਾ ਅਗਰ ਆਪਾਂ ਰੇਸ਼ੋ ਨਾਲ ਕੰਪੇਅਰ ਕਰੀਏ, ਕਿਉਂਕਿ ਦੇਖੋ ਮਾਰਕੀਟ ਆ, ਕਿਤੇ ਸਟੂਡੈਂਟ ਇੰਨਾ ਮਤਲਬ ਉਹਦੀ ਇੰਗਲਿਸ਼ ਨਹੀਂ ਵੀ ਅੱਛੀ, ਉਹ ਵੀ ਟਰਾਈ ਕਰੇਗਾ ਨਾ ਇੱਕ ਵਾਰ ਕਿ ਮੈਂ ਟਰਾਈ ਕਰ ਲੈਂਦਾ, ਕਿਉਂਕਿ ਇੱਥੇ ਵਿਦਾਊਟ ਆਇਲਸ ਵੀ ਪੋਸੀਬਲ ਆ, ਪਰਸੈਂਟੇਜ ਘੱਟ ਆ ਤਾਂ ਵੀ ਪੋਸੀਬਲ ਆ, ਤਾਂ ਹਰ ਸਟੂਡੈਂਟ ਔਰ ਇਕਨੋਮਿਕਲੀ, ਕਿਉਂਕਿ ਕਈਆਂ ਦਾ ਬਜਟ ਹੀ ਨਹੀਂ ਆ ਕੈਨੇਡਾ ਜਾਣ ਦਾ ਇਸ ਟਾਈਮ, ਤਾਂ ਉਹਨੇ ਟਰਾਈ ਤਾਂ ਕਰਨਾ ਹੀ ਕਰਨਾ ਵਾ। ਸੋ ਉਹਦੇ ਕਰਕੇ ਫਾਈਲਸ ਨੰਬਰ ਆਫ ਜਾਂਦੀ ਆ, ਬਟ ਵੀਜ਼ਾਸ ਜਿਹੜੇ ਹੈਗੇ ਆ ਨਾ, ਟੂ ਬੀ ਵੈਰੀ ਫਰੈਂਕ, ਕਿਉਂਕਿ USA ਜ਼ਿਆਦਾਤਰ ਟੈਕਨੀਕਲ ਕੋਰਸਿਸ ਨੂੰ ਹੀ ਵੀਜ਼ਾਸ ਮਿਲਦੇ ਆ, ਆਰਟਸ ਵਾਲੇ ਸਟੂਡੈਂਟਸ ਨੂੰ ਘੱਟ ਹੀ ਵੀਜ਼ਾਸ ਮਿਲਦੇ ਆ, ਔਰ ਮੋਰ ਓਵਰ ਸਕਸੈਸ ਰੇਟ ਦੀ ਅਗਰ ਆਪਾਂ ਕਰੀਏ ਤਾਂ 10 ਦੇ ਵਿੱਚੋਂ ਜਿਹੜੀ ਐਵਰੇਜ ਹੈਗੀ ਉਹ 3-4 ਹੀ ਆ, ਬਟ ਉਹਦੇ ਲਈ ਪ੍ਰਿਪਰੇਸ਼ਨ ਅੱਛੀ ਹੋਣੀ ਬਹੁਤ ਜ਼ਰੂਰੀ ਆ। ਜੀ, ਸੋ ਸਟੂਡੈਂਟਸ ਬਹੁਤ ਸਾਰੇ ਪਲੱਸ ਪੁਆਇੰਟ ਨੇ USA ਸਟੱਡੀ ਵੀਜ਼ਾ ਦੇ। ਜਿਵੇਂ USA ਸਟੱਡੀ ਵੀਜ਼ਾ ਤੁਸੀਂ ਅਪਲਾਈ ਕਰਦੇ ਹੋ ਤਾਂ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਆਉਂਦਾ ਤੁਸੀਂ ਕਾਲ ਵੀ ਕਰ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਕਿਉਂਕਿ USA ਦੇ ਸਾਰੇ ਅਪਡੇਟਸ ਅਸੀਂ ਰੈਗੂਲਰਲੀ ਇਸ ਚੈਨਲ 'ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।